ਪਿਛਲੇ ਸਾਲ ਜਿੰਨਾ ਪਾਣੀ ਦੇ ਆਉਣ ਦੇ ਅਸਾਰ ਦਾ ਪ੍ਰੈਡਿਕਸ਼ਨ ਲਗਾਈ ਗਈ ਸੀ, ਸੂਤਰਾਂ ਦੇ ਵਰਤੇ ਖਬਰ ਸਾਹਮਣੇ ਆਈ ਕਿ ਉਨੀ ਹੀ ਪ੍ਰੈਡਿਕਸ਼ਨ ਪਾਣੀ ਦੀ ਜਿਹੜੀ ਹੈ ਉਹ ਇਸ ਸਾਲ ਵੀ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਇਸ ਸਾਲ ਵੀ ਉਨਾ ਹੀ ਪਾਣੀ ਆਏਗਾ। ਜੈਸਾ ਇਸ ਵਾਰ ਵੀ ਬਾਰਿਸ਼ ਪਿਛਲੇ ਸਾਲ ਕੀ ਤਰ੍ਹਾਂ ਹੀ ਪ੍ਰੈਡਿਕਟਡ ਹੈ, ਔਰ ਅਭੀ ਜੈਸਾ ਕਿ ਔਰੇਂਜ ਅਲਰਟ ਵੀ ਹੈ ਕੁਛ ਏਰੀਆਜ਼ ਮੇਂ ਹਰਿਆਣਾ ਕੇ। ਪਿਛਲੇ ਸਾਲ ਕਿੰਨਾ ਕਿਉਸਿਕ ਪਾਣੀ ਜਿਹੜਾ ਹੈ ਇਹਨਾਂ ਫਲੱਡਸ ਦੇ ਦੌਰਾਨ ਛੱਡਿਆ ਗਿਆ ਸੀਗਾ, ਔਰ ਇਸ ਸਾਲ ਤੁਸੀਂ ਕਹਿ ਰਹੇ ਹੋ ਕਿ ਪ੍ਰੀਕੋਸ਼ਨਰੀ ਪਾਣੀ ਛੱਡਿਆ ਜਾਏ। ਮੈਕਸੀਮਮ ਥਾ 28,000 ਕਿਊਸਿਕ ਪਾਣੀ ਯਹਾਂ ਸੇ ਰਿਲੀਜ਼ ਕੀਆ ਥਾ। ਜੈਸੇ ਹੀ ਹਮਾਰੇ ਯਹਾਂ ਸੇ ਪਾਣੀ ਰਿਲੀਜ਼ ਹੋਤਾ ਹੈ ਸਰ, ਨੀਚੇ ਡਾਊਨ ਜਸਟ ਡਾਊਨ ਸਟ੍ਰੀਮ ਮੇਂ 1-1.5 ਕਿਲੋਮੀਟਰ ਏਕ ਔਰ ਰਿਵਰ ਝਾਜਰਾ ਹੈ, ਔਰ ਉਸਕੇ ਸਾਥ ਹੀ 2 ਕਿਲੋਮੀਟਰ ਨੀਚੇ ਵੀ ਜੋ ਹੈ ਮੇਨ ਗੱਗਰ ਮੇਂ ਮਰਜ ਹੋ ਜਾਂਦੀ ਹੈ। ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਕੌਸ਼ਲਿਆ ਡੈਮ ਦੀਆਂ ਦਿਖਾ ਰਹੇ ਹਾਂ। ਅੱਜ ਇਸ ਡੈਮ ਦੀਆਂ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਜਿੱਥੇ ਤੱਕ ਗੱਲ ਕੀਤੀ ਜਾਂਦੀ ਹੈ ਇਸ ਡੈਮ ਦੀ, ਤਾਂ ਇਸ ਡੈਮ ਦਾ ਸਾਰਾ ਪਾਣੀ ਹਿਮਾਚਲ ਤੋਂ ਹੁੰਦਾ ਹੋਇਆ, ਜਦੋਂ ਹਿਮਾਚਲ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਉਸ ਤੋਂ ਪਾਣੀ ਹੁੰਦਾ ਹੋਇਆ ਅੱਗੇ ਘੱਗਰ ਨਦੀ ਦੇ ਵਿੱਚ ਪਾਣੀ ਜਾਂਦਾ। ਵੱਡੀ ਗੱਲ ਇੱਥੇ ਦੇਖਣ ਵਾਲੀ ਇਹ ਹੈਗੀ ਹੈ ਕਿ ਪਿਛਲੇ ਸਾਲ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਲਗਭਗ 28,000 ਕਿਊਸਿਕ ਦੇ ਕਰੀਬ ਪਾਣੀ ਜਿਹੜਾ ਹੈ ਇਸ ਡੈਮ ਤੋਂ ਛੱਡਿਆ ਗਿਆ ਸੀਗਾ, ਕਿਉਂਕਿ ਪਿੱਛੋਂ ਰਿਜ਼ਰਵੋਇਰ ਦੇ ਵਿੱਚ ਪਾਣੀ ਜਿਹੜਾ ਉਹ ਕਾਫੀ ਜ਼ਿਆਦਾ ਭਰ ਗਿਆ ਸੀਗਾ। ਔਰ ਅੱਜ ਜੇਕਰ ਹੁਣ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਤੁਹਾਨੂੰ ਇੱਥੇ ਵਾਟਰ ਲੈਵਲ ਦੀਆਂ ਦਿਖਾਉਣਾ ਚਾਹਾਂਗੇ। ਤੁਸੀਂ ਦੇਖ ਸਕਦੇ ਹੋ ਕਿ ਲਗਭਗ 400-63 ਫੁੱਟ ਦੇ ਕਰੀਬ ਜਿਹੜਾ ਪਾਣੀ ਇੱਥੇ ਜਿਹੜਾ ਹੈ ਉਹ 463 ਮੀਟਰ ਤੱਕ ਪਾਣੀ ਜਿਹੜਾ ਇੱਥੇ ਨਜ਼ਰ ਆ ਰਿਹਾ, ਜੋ ਕਿ ਸੀ ਲੈਵਲ ਤੋਂ 463 ਮੀਟਰ ਜਿਹੜਾ ਉੱਤੇ ਪਾਣੀ ਦਾ ਲੈਵਲ ਫਿਲਹਾਲ ਜਿਹੜਾ ਇੱਥੇ ਨਜ਼ਰ ਆ ਰਿਹਾ। ਪਰ ਇਸ ਵਾਰ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਹੜ੍ਹਾਂ ਤੋਂ ਲੜਨ ਦੇ ਲਈ ਇਹ ਡੈਮ ਜਿਹੜਾ ਉਹ ਤਿਆਰ ਰਹੇਗਾ, ਕਿਉਂਕਿ ਪਿਛਲੀ ਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਪਾਣੀ ਦਾ ਲੈਵਲ ਪਿੱਛੋਂ ਜ਼ਿਆਦਾ ਆਇਆ ਸੀਗਾ ਤਾਂ ਉਸਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਹੈ ਪਾਣੀ ਇਸ ਡੈਮ ਤੋਂ ਕਾਫੀ ਹੱਦ ਤੱਕ ਛੱਡਿਆ ਗਿਆ ਸੀਗਾ। ਲਗਭਗ 28,000 ਕਿਊਸਿਕ ਦੇ ਕਰੀਬ ਪਾਣੀ ਜਿਹੜਾ ਇਸ ਡੈਮ ਦੇ ਉੱਤੋਂ ਇਸ ਡੈਮ ਤੋਂ ਜਿਹੜਾ ਹੈ ਉਹ ਛੱਡਿਆ ਗਿਆ ਸੀਗਾ, ਜਿਸ ਨਾਲ ਘੱਗਰ ਦੇ ਵਿੱਚ ਪਾਣੀ ਦਾ ਸਤਰ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ ਸੀਗਾ। ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਹੜ੍ਹ ਦੀ ਸਥਿਤੀ ਬਣੀ, ਖਾਸ ਕਰਕੇ ਜਿਹੜੇ ਇਲਾਕੇ ਜਿਹੜੇ ਬਿਲਕੁਲ ਇਸ ਦੇ ਨਾਲ ਲੱਗਦੇ ਇਲਾਕੇ ਨੇ, ਫਿਰ ਭਾਵੇਂ ਉਹ ਸੂਰਜਪੁਰ ਹੋਵੇ ਜਾਂ ਫਿਰ ਹੋਰ ਜਿਹੜੇ ਹਰਿਆਣੇ ਦੇ ਕੁਝ ਇਲਾਕੇ ਜੋ ਕਿ ਇਸ ਘੱਗਰ ਦੇ ਨਾਲ ਦੇ ਇਲਾਕੇ ਹੈਗੇ ਨੇ, ਉਹਨਾਂ ਥਾਵਾਂ ਦੇ ਉੱਤੇ ਜਿਹੜਾ ਹੜ੍ਹ ਦੀ ਸਥਿਤੀ ਬਣ ਗਈ ਸੀ, ਕਾਫੀ ਮਾਲੀ ਨੁਕਸਾਨ ਜਿਹੜਾ ਉਹ ਹੋਇਆ ਸੀਗਾ। ਪਰ ਇਸ ਵਾਰ ਕਿਸ ਤਰੀਕੇ ਦੇ ਨਾਲ ਜੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਜੇ ਪ੍ਰੈਡਿਕਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਪ੍ਰੈਡਿਕਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਇਸ ਵਾਰ ਵੀ ਉਸੇ ਤਰੀਕੇ ਦੇ ਨਾਲ ਹੀ ਕੀਤੀਆਂ ਗਈਆਂ ਨੇ, ਖਾਸ ਕਰਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਜਿਹੜਾ ਹੈ ਮੀਂਹ ਪਿਆ ਸੀਗਾ, ਪਿਛਲੇ ਸਾਲ ਜਿੰਨਾ ਪਾਣੀ ਦੇ ਆਉਣ ਦੇ ਅਸਾਰ ਦਾ ਪ੍ਰੈਡਿਕਸ਼ਨ ਲਗਾਈ ਗਈ ਸੀ, ਸੂਤਰਾਂ ਦੇ ਵਰਤੇ ਖਬਰ ਸਾਹਮਣੇ ਆਈ ਕਿ ਉਨੀ ਹੀ ਪ੍ਰੈਡਿਕਸ਼ਨ ਪਾਣੀ ਦੀ ਜਿਹੜੀ ਹੈ ਉਹ ਇਸ ਸਾਲ ਵੀ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਇਸ ਸਾਲ ਵੀ ਉਨਾ ਹੀ ਪਾਣੀ ਆਏਗਾ, ਪਰ ਉਸ ਜੇਕਰ ਇਸ ਸਾਲ ਵੀ ਉਨਾ ਹੀ ਪਾਣੀ ਆਏਗਾ ਤਾਂ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ, ਖਾਸ ਕਰਕੇ ਜੇਕਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਡੈਮ ਤੋਂ ਕਿਸ ਤਰੀਕੇ ਦੇ ਨਾਲ ਪਾਣੀ ਛੱਡਿਆ ਜਾਣਾ, ਕਿਉਂਕਿ ਜਿਸ ਤਰੀਕੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲਗਭਗ 28,000 ਕਿਊਸਿਕ ਪਾਣੀ ਜਿਹੜਾ ਹੈ ਉਹ ਪਿਛਲੇ ਸਾਲ ਜਦੋਂ ਹੜ੍ਹਾਂ ਦਾ ਸਥਿਤੀ ਬਣੀ ਸੀ ਤਾਂ 28,000 ਕਿਊਸਿਕ ਪਾਣੀ ਜਿਹੜਾ ਉਹ ਇਸ ਡੈਮ ਤੋਂ ਛੱਡਿਆ ਗਿਆ ਸੀਗਾ, ਅਤੇ ਕਿਸ ਤਰੀਕੇ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਪਾਣੀ ਜਿਹੜਾ ਉਹ ਛੱਡਿਆ ਜਾਣਾ ਇਸ ਡੈਮ ਦੇ ਵਿੱਚੋਂ, ਅੱਗੇ ਕਿਸ ਤਰੀਕੇ ਦਾ ਅਲਰਟ ਜਿਹੜੇ ਨੇ ਉਹ ਜਾਰੀ ਕੀਤੇ ਜਾਣਗੇ। ਹਾਲਾਂਕਿ ਇਹ ਵੀ ਸੁਣਨ 'ਚ ਆਇਆ ਕਿ ਬਾਰਿਸ਼ ਨੂੰ ਲੈ ਕੇ ਇੱਥੇ ਔਰੇਂਜ ਅਲਰਟ ਜਿਹੜਾ ਹੈ ਆਲਰੇਡੀ ਜਾਰੀ ਕਰ ਦਿੱਤਾ ਗਿਆ, ਯਾਨੀ ਕਿ ਬਾਰਿਸ਼ ਦੀ ਸਥਿਤੀ ਨੂੰ ਲੈ ਕੇ ਜਿਹੜਾ ਹੈ ਔਰੇਂਜ ਅਲਰਟ ਆਲਰੇਡੀ ਜਾਰੀ ਹੋ ਚੁੱਕਾ ਹੋਇਆ। ਹੁਣ ਵੀ ਇਸ ਵੇਲੇ ਵੀ ਤੁਸੀਂ ਦੇਖ ਸਕਦੇ ਹੋ ਜੇ ਤਸਵੀਰਾਂ
ਮੈਂ ਦਰਖਾਸਤ ਕਰਾਂਗਾ ਕੈਮਰਾਮੈਨ ਨੂੰ ਦਿਖਾਉਣ ਕਿ ਪਾਣੀ ਦੇ ਵਿੱਚ ਜਿਹੜੀਆਂ ਬੂੰਦਾਬਾਂਦੀ ਹੋ ਰਹੀ ਹੈ ਉਸ ਨਾਲ ਕਿੰਨਾ ਕਿਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬਾਰਿਸ਼ ਜਿਹੜੀ ਹੈ ਉਹ ਹੁਣ ਵੀ ਜਿਹੜੀ ਹੈ ਇੱਥੇ ਪੈ ਰਹੀ ਹੈ ਲਗਾਤਾਰ। ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਮੌਨਸੂਨ ਦੀ ਉਹ 28 ਤੋਂ 29 ਤਰੀਕ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਹੈ 28 ਅਤੇ 29 ਤਰੀਕ ਦੇ ਕਰੀਬ ਜਿਹੜਾ ਹੈ ਮੌਨਸੂਨ ਹਿੱਟ ਕਰ ਜਾਏਗਾ। ਪਰ ਜਦੋਂ ਮੌਨਸੂਨ ਹਿੱਟ ਕਰੇਗਾ ਤਾਂ ਪਾਣੀ ਦਾ ਵਹਾਅ ਵੀ ਵਧੇਗਾ ਅਤੇ ਉਸ ਵਹਾਅ ਦੇ ਨਾਲ ਕਿਸ ਤਰੀਕੇ ਨਾਲ ਲੜਿਆ ਜਾਣਾ, ਉਸ ਵਹਾਅ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਨਜਿੱਠਿਆ ਜਾਣਾ, ਉਸ ਨੂੰ ਲੈ ਕੇ ਕਿਸ ਤਰੀਕੇ ਦੇ ਪ੍ਰਬੰਧ ਨੇ, ਇਸ ਬਾਬਤ ਜਿੱਥੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ ਉੱਥੇ ਹੀ ਦੂਜੇ ਪਾਸੇ ਅਸੀਂ ਜਿਹੜੇ ਇਸ SDO ਸਾਹਿਬ ਨੇ ਮਿਸਟਰ ਮਨੀਸ਼, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਵਾਰ ਜਿਹੜਾ ਹੈ ਪਾਣੀ ਛੱਡਿਆ ਜਾਏਗਾ ਤਾਂ ਜੋ ਜਿਹੜੇ ਘੱਗਰ ਦੇ ਆਲੇ ਦੁਆਲੇ ਦੇ ਇਲਾਕੇ ਨੇ ਉਹਨਾਂ ਤੱਕ ਇਹ ਜਾਣਕਾਰੀ ਸਟੀਕ ਪਹੁੰਚ ਸਕੇ। ਸੋ ਤੁਹਾਨੂੰ ਅਸੀਂ ਹੁਣ ਕੌਸ਼ੇਲਾ ਡੈਮ ਦੇ ਲੈਵਲਸ ਦਿਖਾਏ ਨੇ, ਹੁਣ ਸਾਡੇ ਨਾਲ SDO ਸਾਹਿਬ ਮਨੀਸ਼ ਜੀ ਮੌਜੂਦ ਨੇ, ਜ਼ਰੂਰ ਗੱਲਬਾਤ ਕਰਾਂਗੇ। ਮਨੀਸ਼ ਜੀ, ਪਿਛਲੇ ਸਾਲ ਤਾਂ ਕਾਫੀ ਜ਼ਿਆਦਾ ਪਾਣੀ ਜਿਹੜਾ ਹੈ ਕੌਸ਼ੇਲਾ ਡੈਮ 'ਚ ਆਇਆ ਸੀਗਾ ਔਰ ਛੱਡਣਾ ਵੀ ਪਿਆ ਸੀਗਾ, ਇਸ ਸਾਲ ਕੀ ਹਾਲਾਤ ਨੇ ਕਿਉਂਕਿ ਹਾਲੇ ਮੌਨਸੂਨ ਆਇਆ ਨਹੀਂ ਹੈ, ਔਰ ਕੀ ਪਲੈਨਿੰਗ ਜਿਹੜੀ ਹੈ ਡੈਮ ਦੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਕਿ ਕਿਸ ਤਰੀਕੇ ਪਾਣੀ ਛੱਡਣਾ? ਜੈਸਾ ਇਸ ਬਾਰ ਵੀ ਬਾਰਿਸ਼ ਪਿਛਲੇ ਸਾਲ ਕੀ ਤਰ੍ਹਾਂ ਹੀ ਪ੍ਰਡਿਕਟਡ ਹੈ ਔਰ ਅਭੀ ਜੈਸਾ ਕਿ ਔਰੇਂਜ ਅਲਰਟ ਵੀ ਹੈ ਕੁਛ ਏਰੀਆਜ਼ ਮੇ ਹਰਿਆਣਾ ਕੇ ਅਪਰ ਯਮੁਨਾ ਏਰੀਆ ਮੇ, ਪਰ ਹਮਾਰਾ ਏਰੀਆ ਅਭੀ ਤੱਕ ਠੀਕ ਹੈ। ਜੋ ਪਾਣੀ ਕਾ ਹੈ ਅਭੀ ਕੇ ਡੇਟ ਮੇ ਜੋ ਹਮਾਰਾ ਵਾਟਰ ਲੈਵਲ ਹੈ 463 ਕੇ ਆਸ ਪਾਸ ਹੈ, ਜੋ ਬਹੁਤ ਡੀਪ ਹੈ। ਹਮ ਇਸਕਾ ਜੋ ਮੈਕਸਿਮਮ ਹਮ ਸਟੋਰੇਜ ਕਰਤੇ ਹੈ 478 ਮੀਟਰ ਤੱਕ ਕਰਤੇ ਹੈ। ਅਭੀ ਪਾਣੀ ਆਉਣਾ ਸ਼ੁਰੂ ਨਹੀਂ ਹੁਆ ਹੈ, ਜੈਸੇ ਆਏਗਾ ਹਮ ਇਸ ਬਾਰ ਕੋਸ਼ਿਸ਼ ਕਰੇਂਗੇ ਪ੍ਰੀਕੋਸ਼ਨਸ ਪਹਿਲੇ ਵਰਤੇਂਗੇ ਔਰ ਪਾਣੀ ਕੋ ਧੀਰੇ ਧੀਰੇ ਅਕੋਰਡਿੰਗਲੀ ਰਿਲੀਜ਼ ਕਰੇਂਗੇ ਤਾਂ ਕਿ ਨੀਚੇ ਫਰਦਰ ਕੋਈ ਡੈਮੇਜ ਨਾ ਹੋ, ਪਿਛਲੇ ਸਾਲ ਕੀ ਤਰ੍ਹਾਂ ਕੋਈ ਐਸਾ ਨੁਕਸਾਨ ਨਾ ਹੋ। ਕਿਉਂਕਿ ਜਿੰਨਾ ਵੀ ਤੁਹਾਡੇ ਇੱਥੋਂ ਪਾਣੀ ਨਿਕਲਦਾ ਉਹ ਸਾਰਾ ਘੱਗਰ 'ਚ ਜਾਂਦਾ ਔਰ ਉਹ ਘੱਗਰ ਦਾ ਪਾਣੀ ਕਿਤੇ ਨਾ ਕਿਤੇ ਜਿਹੜਾ ਹੈ ਗਾਹਾਂ ਦੀ ਗਾਹਾਂ ਵੱਧਦਾ ਹੋਇਆ ਪੰਜਾਬ ਵੱਲੋਂ ਵੀ ਜਾ ਕੇ ਹਿੱਟ ਕਰਦਾ। ਪਿਛਲੇ ਸਾਲ ਕਿੰਨਾ ਕਿਉਸੇਕ ਪਾਣੀ ਜਿਹੜਾ ਹੈ ਇਹਨਾਂ ਫਲੱਡਸ ਦੇ ਦੌਰਾਨ ਛੱਡਿਆ ਗਿਆ ਸੀਗਾ ਔਰ ਇਸ ਸਾਲ ਤੁਸੀਂ ਕਹਿ ਰਹੇ ਹੋ ਕਿ ਪ੍ਰੀਕੋਸ਼ਨਲੀ ਪਾਣੀ ਛੱਡਿਆ ਜਾਏਗਾ? ਜੀ, ਪਿਛਲੇ ਵਾਰ ਹਮਨੇ ਜੋ ਮੈਕਸੀਮਮ ਥਾ 28,000 ਕਿਉਸੇਕ ਪਾਣੀ ਯਹਾਂ ਸੇ ਰਿਲੀਜ਼ ਕੀਆ ਥਾ। ਜੈਸੇ ਹੀ ਹਮਾਰੇ ਯਹਾਂ ਸੇ ਪਾਣੀ ਰਿਲੀਜ਼ ਹੋਤਾ ਹੈ ਸਰ, ਨੀਚੇ ਜਸਟ ਡਾਊਨ ਸਟ੍ਰੀਮ ਮੇ 1.5 ਕਿਲੋਮੀਟਰ ਇੱਕ ਔਰ ਰਿਵਰ ਜਾਜਰਾ ਹੈ ਔਰ ਉਸਕੇ ਸਾਥ ਹੀ 2 ਕਿਲੋਮੀਟਰ ਨੀਚੇ ਵੀ ਜੋ ਹੈ ਮੇਨ ਘੱਗਰ ਮੇ ਮਰਜ ਹੋ ਜਾਤੀ ਹੈ, ਜੋ ਕਿ ਪਾਣੀ ਨੀਚੇ ਫਿਰ ਪੰਜਾਬ ਮੇ ਚਲਾ ਜਾਤਾ ਹੈ ਸਰ ਨੀਚੇ। ਜੀ, ਸੋ ਹੁਣ ਜੇਕਰ ਹੁਣ ਪ੍ਰੀਕੋਸ਼ਨਰੀ ਸਟੈਪਸ ਦੀ ਗੱਲ ਕੀਤੀ ਜਾਵੇ, ਕੋਈ ਵਾਰਨਿੰਗਸ ਜਿਹੜੀਆਂ ਨੇ ਖਾਸ ਕਰਕੇ ਕਿਉਂਕਿ ਸੂਰਜਪੁਰ ਦਾ ਇਲਾਕਾ ਜਿਹੜਾ ਸੀਗਾ ਉਹ ਪਿਛਲੀ ਵਾਰੀ ਕਾਫੀ ਜ਼ਿਆਦਾ ਤ੍ਰਾਸਤ ਹੋਇਆ ਸੀਗਾ, ਜਿਹੜਾ ਘੱਗਰ ਦੇ ਨਾਲ ਦੇ ਇਲਾਕੇ ਫਿਰ ਭਾਵੇਂ ਪੰਜਾਬ ਦੇ ਇਲਾਕੇ ਹਨ ਉੱਥੇ ਕਾਫੀ ਜਿਹੜਾ ਨੁਕਸਾਨ ਹੋਇਆ ਸੀਗਾ, ਉਹਨਾਂ ਇਲਾਕਿਆਂ ਦੇ ਵਿੱਚ ਕੋਈ ਅਲਰਟ ਜਾਰੀ ਕੀਤਾ ਗਿਆ ਫਿਲਹਾਲ ਦੇ ਲਈ? ਜੀ, ਅਭੀ ਜੈਸੇ ਰੇਨੀ ਸੀਜ਼ਨ ਸਟਾਰਟ ਹੋਏਗਾ ਹਮ ਲੋਕਲ ਐਡਮਿਨਿਸਟ੍ਰੇਸ਼ਨ ਕੋ, ਪੁਲਿਸ ਕੋ ਔਰ ਜੋ MCs ਵਗੈਰਾ ਹੈ ਇਨ ਸਭੀ ਕੋ ਹਮ ਪਹਿਲੇ ਹੀ ਇਨਕੋ ਵਾਰਨਿੰਗਸ ਇਸ਼ੂ ਕਰ ਦਿੱਤੇ ਹੈ ਔਰ ਜੈਸੇ ਹੀ ਪਾਣੀ ਕਾ ਫਲੱਡ ਕਾ ਲੈਵਲ ਹਮ ਡੇਂਜਰ ਲੈਵਲ ਕੇ ਆਸ ਪਾਸ ਆਤਾ ਹੈ ਤੋ ਸਾਇਰਨ ਵਜਾ ਕੇ ਔਰ ਪਬਲਿਕਲੀ ਹਮ ਅਨਾਊਂਸ ਕਰਤੇ ਹੈ ਸਰ, ਤਾਂ ਕਿ ਕੋਈ ਵੀ ਕਿਸੇ ਵੀ ਕੈਜੁਅਲਟੀ ਕੋ ਰੋਕਾ ਜਾ ਸਕੇ। ਤੇ ਸਰ ਫਿਲਹਾਲ ਜਿਹੜਾ ਕਿੰਨਾ ਕੁ ਲੈਵਲ ਤੁਸੀਂ ਦੱਸੋ, 473 ਦਾ ਲੈਵਲ ਹੈ ਔਰ ਡੇਂਜਰ ਲੈਵਲ 463 ਹੈ, ਅਭੀ ਤੋ ਬਹੁਤ ਡਾਊਨ ਹੈ, ਅਭੀ ਤਕਰੀਬਨ ਹਮਾਰਾ 18 ਮੀਟਰ ਡਾਊਨ ਹੈ, 463 ਦੇ ਕਰੀਬ ਹੈ ਸਰ। ਠੀਕ ਹੈ, ਤੇ ਕਿੰਨਾ ਕੁ ਲੈਵਲ ਜਿਹੜਾ ਡੇਂਜਰ ਲੈਵਲ ਹੁੰਦਾ? 478 ਮੀਟਰ ਸਰ, ਫੁੱਲ 78 ਪੇ ਰਿਜ਼ਰਵਾਰ ਲੈਵਲ ਹੈ। ਜੀ ਸਰ, ਠੀਕ ਹੈ, ਉਸ ਤੋਂ ਬਾਅਦ ਪਾਣੀ ਛੱਡ ਦਿੱਤਾ ਜਾਏ? ਹਮੇ ਐਡਮਿਨਿਸਟ੍ਰੇਸ਼ਨ ਕੀ ਤਰਫ ਸੇ ਵੀ ਪਹਿਲੇ ਹੀ ਇੰਸਟਰਕਸ਼ਨਸ ਹੈ ਕਿ ਆਪ ਕੁਸ਼ਨਸ ਜੋ ਹੈ ਹਮ ਉਸਮੇ ਪ੍ਰੋਵਾਈਡ ਕਰਕੇ ਰੱਖੇਂਗੇ ਤਾਂ ਕਿ ਅਗਰ ਅਚਾਨਕ ਸੇ ਫਲੱਡ ਕੀ ਸਿਚੁਏਸ਼ਨ ਪੈਦਾ ਹੋਤੀ ਹੈ ਤੋ ਹਮ ਧੀਰੇ ਧੀਰੇ ਰਿਕਵਰ ਕਰ ਸਕੇਂ।
ਠੀਕ ਹੈ ਜੀ। ਸੋ ਇਸ ਸਨ ਸਾਡੇ ਨਾਲ SDO ਮਨੀਸ਼ ਜੀ, ਜਿਹਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਵਾਰ ਪਾਣੀ ਤੋਂ ਬਚਾਅ ਦੇ ਲਈ ਜਿਹੜਾ ਕਦਮ ਚੱਕੇ ਜਾ ਰਹੇ ਨੇ। ਕਹਿ ਰਹੇ ਨੇ ਕਿ ਫਿਲਹਾਲ ਤਾਂ ਪਾਣੀ ਜਿਹੜਾ ਹੈ ਕਾਫੀ ਡੀਪ ਹੈ, 463 ਫੁੱਟ ਦੇ ਕਰੀਬ ਜਿਹੜਾ ਪਾਣੀ ਇਸ ਵਕਤ ਉੱਥੇ ਮੌਜੂਦ ਹੈਗਾ ਅਤੇ 478 ਫੁੱਟ ਜਿਹੜਾ ਪਾਣੀ ਹੈਗਾ ਉਹ ਇੱਕ ਡੇਂਜਰ ਲੈਵਲ ਆਇਆ, ਜਿੱਥੇ ਪਾਣੀ ਜਿਹੜਾ ਛੱਡਣਾ ਉਹ ਜ਼ਰੂਰੀ ਹੋ ਜਾਂਦਾ। ਕਹਿੰਦੇ ਕਿ ਕੁਸ਼ਨਿੰਗ ਜਿਹੜੀ ਹੈ ਡੈਮ ਦੇ ਉੱਤੇ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰੀਕੇ ਦਾ ਜੇਕਰ ਫਲੱਡ ਦੀ ਸਥਿਤੀ ਬਣਦੀ ਹੈ ਉਸ ਤੋਂ ਨਜਿੱਠਿਆ ਜਾਵੇ। ਔਰ ਇਸ ਵਾਰ ਪ੍ਰਾਇਰ ਵਾਰਨਿੰਗਸ ਜਿਹੜੀਆਂ ਨੇ ਉਹ ਹਰ ਇੱਕ ਇਲਾਕੇ ਦੇ ਵਿੱਚ ਦਿੱਤੀਆਂ ਜਾਣਗੀਆਂ ਤਾਂ ਜੋ ਜੇਕਰ ਪਾਣੀ ਦਾ ਵਹਾਅ ਜ਼ਿਆਦਾ ਛੱਡਣਾ ਪੈਂਦਾ ਅਤੇ ਕਿਸੇ ਵੀ ਤਰੀਕੇ ਦਾ ਜਾਨੀ ਜਾਂ ਮਾਲੀ ਨੁਕਸਾਨ ਲੋਕਾਂ ਦਾ ਨਾ ਹੋਵੇ। ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਸਾਹਿਬ ਨੂਰ ਲਿਵਿੰਗ ਇੰਡੀਆ ਨਿਊਜ਼, ਪੰਚਕੂਲਾ।